ਹੈਲੋ ਦੋਸਤੋ ਰੇਸ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡੇ ਸਭ ਦਾ ਸਵਾਗਤ ਕਰਦੇ ਆਂ ਜੀ ਸੋ ਇਹ ਵੀਡੀਓ ਤੁਹਾਡੇ ਲਈ ਇੱਕ ਬਹੁਤ ਵਧੀਆ ਖੁਸ਼ਖਬਰੀ ਤੁਸੀਂ ਕਹਿ ਸਕਦੇ ਹੋਗੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਥੋੜੀਆਂ ਜਿਹੜੀਆਂ ਵੈਕੈਂਸੀਆਂ ਨੇ ਗਿਆ ਹੋਰ ਆਊਟ ਕੀਤੀਆਂ ਗਈਆਂ ਪਰ ਹੈਗੀਆਂ ਘਟਣ ਗਈਆਂ ਚਲੋ ਕੀਤੀਆਂ ਇਹ ਹੈਗੀਆਂ ਨਗੀਆਂ ਸੋ ਅਗਰ ਆਪਾਂ ਇਹਨਾਂ ਵੈਕੈਂਸੀ ਬਾਰੇ ਗੱਲ ਕਰੀਏ ਤਾਂ ਇਹ ਆਊਟ ਹੋਈਆਂ ਨੇ ਜੀ ਪੀ ਪੀਐਸਸੀ ਦੇ ਵਿੱਚ ਠੀਕ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵਿੱਚ ਜਿਹੜੀਆਂ ਵੈਕੈਂਸੀ ਨੇ ਪੰਜਾਬ ਸਰਕਾਰ ਵੱਲੋਂ ਆਊਟ ਕੀਤੀਆਂ ਗਈਆਂ ਨੇ ਗਿਆ ਗੱਲ ਕਰੀ ਇਹਨਾਂ ਵੈਕੈਂਸੀ ਦੇ ਬਾਰੇ ਤਾਂ ਇੱਥੇ ਧਿਆਨ ਰੱਖਣ ਜੋ ਗੱਲ ਆ ਗਈ ਦੇਖੋ ਪਿੱਛੇ ਜਿਹੜੀਆਂ ਪੀਪੀਐਸਸੀ ਦੀਆਂ ਟੋਟਲ 77 ਵੈਕੈਂਸੀਸ ਆਊਟ ਹੋਈਆਂ ਸੀ ਨਾ ਤਾਂ ਉਹਨਾਂ ਵੈਕੈਂਸੀ ਦੇ ਵਿੱਚ ਇਹ ਇਹ ਵੈਕੈਂਸੀ ਹੋਰ 75 ਵੈਕੈਂਸੀ ਜਿਹੜੀਆਂ ਐਡ ਕੀਤੀਆਂ ਗਿਆ ਨੇ ਹੁਣ ਠੀਕ ਹੈ ਨਾ ਤਾਂ ਹੁਣ 75 ਵੈਕੈਂਸੀ ਵਾਸਤੇ ਜਿਹੜਾ ਨੋਟੀਫਿਕੇਸ਼ਨ ਆਊਟ ਕੀਤਾ ਗਿਆਗਾ ਸੋ ਇਹਨਾਂ ਬਾਰੇ ਆਪਾਂ ਡਿਟੇਲ ਡਿਸਕਸ਼ਨ ਕਰਾਂਗੇ ਕਿਹੜੀ ਪੋਸਟ ਹੈ ਕਿੰਨੀ ਲਾਸਟ ਡੇਟ ਆ ਕਿੰਨੀ ਫੀਸ ਹੈਗੀ ਕਿ ਜਿਨ੍ਹਾਂ ਨੇ ਪਹਿਲਾਂ ਅਪਲਾਈ ਕੀਤਾਗਾ ਸੀ ਦੁਬਾਰੇ ਕਰ ਸਕਦੇ ਆਗੇ ਜਾਂ ਨਹੀਂ ਕਰ ਸਕਦੇ ਸੋ ਜਾਨਕੀ ਸਾਰੀ ਡਿਟੇਲ ਨਾਲ ਆਪਾਂ ਡਿਸਕਸ਼ਨ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਟੋਟਲ 75 ਵੈਕੈਂਸੀਸ ਆਊਟ ਹੋਈਆਂ ਨੇ ਜੀ ਔਰ ਇਸ ਤੋਂ ਬਾਅਦ ਗੱਲ ਕਰੀਏ ਜਿਹੜੀਆਂ 75 ਵੈਕੈਂਸੀ ਨੇ ਇਹ ਹੈਗੀਆਂ ਕਿਹੜੀਆਂ-ਕਿਹੜੀਆਂ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਪੰਜਾਬ ਸਿਵਲ ਸਰਵਈ ਦੇ ਵਿੱਚ ਟੋਟਲ ਬੀ ਜਿਹੜੀਆਂ ਪੋਸਟਾਂ ਨੇ ਗਈਆਂ ਜੀ ਠੀਕ ਹੈ ਨਾ ਐਗਜ਼ੀਕਿਊਟਿਵ ਬ੍ਰਾਂਚ ਦੇ ਵਿੱਚ ਔਰ ਉਸ ਤੋਂ ਬਾਅਦ ਗੱਲ ਕਰੀਏ ਡਿਪਟੀ ਸੁਪਰਡੈਂਟ ਆਫ ਪੁਲਸਰੀਆ 26 ਪੋਸਟਾਂ ਨੇ ਤੈਸਾ ਤਹਿਸੀਲਦਾਰ ਦੀਆਂ 4 ਪੋਸਟਾਂ ਨੇ ਜੀ ਫੂਡ ਸਪਲਾਈ ਐਂਡ ਕੰਜ਼ਿਊਮਰ ਅਫੇਅਰ ਅਫਸਰ ਦੀਆਂ ਗੱਲ ਕਰੀਏ ਤਾਂ ਦੋ ਪੋਸਟਾਂ ਹੈਗੀਆਂ ਜੀ ਬਲੌਗ ਅਸਿਸਟੈਂਟ ਰਿਸਟਰਰ ਐਂਡ ਕੋਆਪਰੇਟਿਵ ਸੁਸਾਇਟੀ ਦੀਆਂ ਟੋਟਲ 4 ਪੋਸਟਾਂ ਨੇ ਜੀ ਲੇਬਰ ਐਂਡ ਕੰਸਾਈਲੇਸ਼ਨ ਆਫੀਸਰ ਦੀ ਟੋਟਲ 1 ਪੋਸਟ ਹੈ ਜੀ ਇਸ ਤੋਂ ਬਾਅਦ এমਪਲੋਇਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਆਫੀਸਰ ਦੀਆਂ ਟੋਟਲ 6 ਵੈਕੈਂਸੀਆਂ ਨੇਗੀਆਂ ਔਰ ਇਸ ਤੋਂ ਇਲਾਵਾ ਡਿਪਟੀ ਸੁਪਰੀਡੈਂਟ ਜੇਲ ਐਂਡ ਡਿਪਟੀ ਪ੍ਰੋਵੀਜ਼ਨ ਆਫੀਸਰ ਦੀਆਂ ਟੋਟਲ 10 ਪੋਸਟਾਂ ਵਾਸਤੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆਗਾ ਤਾਂ ਦੋਸਤੋ ਇਥੇ ਤੁਹਾਨੂੰ ਧਿਆਨ ਵਿੱਚ ਰੱਖਣਾ ਹੈ ਕਿ ਜਿਹੜੇ ਇਹ ਵੈਕੈਂਸੀਜ਼ ਆਊਟ ਹੋਈਆਂ ਨੇ ਗਿਆ ਇਹਦੇ ਵਿੱਚ ਅਗਰ ਆਪਾਂ ਮਿਨੀਮਮ ਏਜ ਲਿਮਿਟ ਦੀ ਗੱਲ ਕਰੀਏ ਤਾਂ 21 ਸਾਲ ਘੱਟੂ ਘੱਟ ਏਜ ਹੋਣੀ ਚਾਹੀਦੀ ਹੈ। ਵੱਧ ਤੋਂ ਵੱਧ ਤੁਹਾਡੀ ਉਮਰ 37 ਸਾਲ ਹੋਣੀ ਚਾਹੀਦੀ ਹੈ ਜੀ ਔਰ ਇਸ ਤੋਂ ਬਾਅਦ ਏਜ ਰੈਲੈਕਸੇਸ਼ਨ ਵੀ ਇਹਦੇ ਵਿੱਚ ਹੈਗਾ ਗਵਰਨਮੈਂਟ ਦੇ ਜਿਹੜੇ ਨਿਯਮਾਂ ਦੇ ਅਕੋਰਡਿੰਗ ਠੀਕ ਹੈ ਨਾ। ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਤੁਹਾਡੇ ਕੋਲ ਇੱਕ ਆਪਣੀ ਡਿਗਰੀ ਹੋਣੀ ਚਾਹੀਦੀ ਹੈ ਚਾਹੇ ਕਿਸੇ ਵੀ ਸਟਰੀਮ ਵਿੱਚ ਕਿਸੇ ਵੀ ਯੂਨੀਵਰਸਿਟੀ ਤੋਂ ਸਨਮਾਨਤਾ ਵਾਲਾ ਤੋਂ ਡਿਗਰੀਾਸਟਰੋ ਕੀਤੀ ਆ ਗਈ ਠੀਕ ਹੈ ਚਾਹੀਏ ਤੁਸੀਂ ਸਿੰਪਲ ਬੀਏ ਕੀਤੀ ਹੈ ਜਾਂ ਬੀএসসি ਕੀਤੀ ਹੈ ਕੁਝ ਵੀ ਕੀਤਾ ਜਾਂ ਕਿ ਤੁਹਾਡੇ ਕੋਲ ਬੈਚਲਰ ਡਿਗਰੀ ਜਿਹੜੀ ਹੋਣੀ ਚਾਹੀਦੀ ਹੈਗੀ ਔਰ ਉਸ ਤੋਂ ਬਾਅਦ ਗੱਲ ਕਰੀਏ ਫਿਜ਼ੀਕਲ ਮੀਜ਼ਰਮੈਂਟ ਦੀ ਤਾਂ ਫਿਜ਼ੀਕਲ ਮੀਜ਼ਰਮੈਂਟ ਦੀ ਗੱਲ ਕਰੀਏ ਮੇਲ ਕੈਂਡੀਡੇਟ ਨੇਗੇ ਉਹਨਾਂ ਦੀ ਜਿਹੜੀ ਹਾਈਟ ਹੈ 5 ਫੁੱਟ 7 ਇੰਚ ਹੋਣੀ ਲਾਜ਼ਮੀ ਹੈ ਜੀ ਔਰ ਜਿਹੜੀ ਊਮਨਸ ਹੈ ਉਹਨਾਂ ਦੀ ਹਾਈਟ 5 ਫੁੱਟ 3 ਇੰਚ ਹੋਣੀ ਲਾਜ਼ਮੀ ਹੈਗੀ ਔਰ ਉਸ ਤੋਂ ਬਾਅਦ ਗੱਲ ਕਰੀਏ ਜਿਹੜੇ ਮੈਨ ਕੈਂਡੀਡੇਟ ਨੇ ਉਹਨਾਂ ਦੀ ਜਿਹੜੀ ਛਾਤੀ ਹੈਗੀ ਠੀਕ ਹੈ ਚੈਸਟ ਹੈਗੀ ਤਾਂ ਉਹ ਜਿਹੜੀ 33 ਇੰਚ ਹੋਣੀ ਲਾਜ਼ਮੀ ਹੈਗੀ ਹੈ ਜੀ ਔਰ ਉਹਨਾਂ ਹੀ ਛਾਤੀ ਢੀ ਫੁਲਾ ਕੇ ਅਗਰ ਆਪਾਂ ਗੱਲ ਕਰੀਏ ਤਾਂ 34.5 ਇੰਚ ਹੋਣੀ ਲਾਜ਼ਮੀ ਹੈਗੀ ਹੈਗੀ ਠੀਕ ਹੈ ਨਾ ਸੋ ਤੁਹਾਨੂੰ ਇਹ ਵੀ ਧਿਆਨ ਰੱਖਣਾ ਮੇਲ ਕੈਂਡੀਡੇਟ ਵਾਸਤੇ ਹੈਗੀ ਛਾਤੀ ਦਾ ਗੇਬਲਾ ਸੋ ਇਹ ਫਿਜ਼ੀਕਲ ਮੈਜ਼ਰਮੈਂਟ ਵੀ ਹੋਣੀ ਹੋਣੀ ਜ਼ਰੂਰੀ ਹੈਗੀ ਹੈਗੀ ਔਰ ਕੁਆਲੀਫਿਕੇਸ਼ਨ ਜਿਹੜੀ ਐਜੂਕੇਸ਼ਨ ਕੁਆਲੀਫਿਕੇਸ਼ਨ ਇਹ ਵੀ ਜ਼ਰੂਰੀ ਹੈ ਔਰ ਏਜ ਲਿਮਿਟ ਦਾ ਤੁਸੀਂ ਨੇ ਖਾਸ ਧਿਆਨ ਰੱਖਣਾਗਾ ਗੱਲ ਕਰੀਏ ਪੋਰਟੈਂਟ ਡੇਜ਼ ਬਾਰੇ ਠੀਕ ਹੈ ਡੇਟ ਬਾਰੇ ਜਿੰਨਾ ਵਿੱਚ ਤੁਹਾਨੂੰ ਅਪਲਾਈ ਕਰਨਾਗਾ ਲਾਸਟ ਡੇਟ ਧਿਆਨ ਵਿੱਚ ਰੱਖਣੀ ਹੈ 30 12 2020 ਤੱਕ ਠੀਕ ਹੈ 30 ਦਸੰ ਔਰ ਜਿਹੜੀ ਇਹਨਾਂ ਪੋਸਟਾਂ ਵਾਸਤੇ ਥੋੜੀ ਫੀਸ ਜਮ੍ਹਾਂ ਹੋਣੀ ਹੈਗੀ ਤਾਂ ਫੀਸ ਥੋੜੀ 6 ਜਨਵਰੀ 2021 ਤੱਕ ਤੁਸੀਂ ਕਿ ਇਹ ਜਮ੍ਹਾਂ ਕਰਵਾ ਸਕਦੇ ਹੋ ਇਹਨਾਂ ਪੋਸਟਾਂ ਲਈ ਆਪਣੀ ਫੀਸ ਠੀਕ ਹੈ ਨਾ ਸੋ ਇਸ ਤੋਂ ਬਾਅਦ ਗੱਲ ਕਰੀਏ ਸਭ ਤੋਂ ਇੰਪੋਰਟੈਂਟ ਡੇਟਾ ਅਗਰ ਆਪਾਂ ਗੱਲ ਕਰੀਏ ਇਹਨਾਂ ਵਾਸਤੇ ਜਿਹੜਾ ਇਹਦਾ ਪ੍ਰੀ ਐਗਜ਼ਾਮ ਹੋਏਗਾ ਪਹਿਲਾ ਪੀਪਰ ਹੋਏਗਾ ਤਾਂ ਫਰਵਰੀ ਵਿੱਚ ਕੰਡਕਟ ਕਰਾਇਆ ਜਾਏਗਾ ਫਰਵਰੀ ਦੇ ਵਿੱਚ ਠੀਕ ਹੈ 2021 ਫਰਵਰੀ ਦੇ ਵਿੱਚ ਕਿ ਉਹ ਪੀਪਰ ਥੋੜਾ ਹੋਏਗਾ ਠੀਕ ਹੈ ਜੀ ਸੋ ਪੀਪਰ ਲਗਭਗ ਜਿਹੜੇ 2 ਕੁ ਮਹੀਨੇ ਹੀ ਬਾਕੀ ਹੈਗੇ ਨੇਗੇ ਸੋ ਦੋਸਤੋ ਅਗਰ ਇਹ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਹੈਲਪਫੁਲ ਲੱਗ ਰਹੀ ਹੈ ਤਾਂ ਇੱਕ ਵਾਰ ਇਹਨੂੰ ਜ਼ਰੂਰ ਲਾਈਕ ਕਰ ਦਿਓ ਸੋ ਇਸ ਤੋਂ ਬਾਅਦ ਗੱਲ ਕਰੀਏ ਅਗਰ ਆਪਾਂ ਇਹਦੀ ਫੀਸ ਬਾਰੇ ਔਰ ਸਭ ਤੋਂ ਇੰਪੋਰਟੈਂਟ ਗੱਲ ਕਿ ਜਿੰਨਾ ਲੋਕਾਂ ਨੇ ਪਹਿਲਾਂ ਅਪਲਾਈ ਕੀਤਾ ਸੀ ਪੀਪੀਐਸਸੀ ਵਿੱਚ ਠੀਕ ਹੈ ਨਾ ਕਿ ਉਹ ਦੁਬਾਰੇ ਹੁਣ ਅਪਲਾਈ ਕਰ ਸਕਦੇ ਨੇ ਕਿ ਇਹਨਾਂ ਵਿੱਚ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਜਿਹੜੇ ਲੋਕਾਂ ਨੇ ਜਿਹਨਾਂ ਬੱਚਿਆਂ ਨੇ ਪਹਿਲਾਂ ਅਪਲਾਈ ਕਰ ਦਿੱਤਾ ਸੀ ਤਾਂ ਦੁਬਾਰੇ ਇਹਦੇ ਵਿੱਚ ਕੋਈ ਜ਼ਰੂਰਤ ਨਹੀਂ ਸਾਨੂੰ ਅਪਲਾਈ ਕਰਨ ਦੀ ਠੀਕ ਹੈ ਨਾ ਜਿਨ੍ਹਾਂ ਕੋਲ ਪਹਿਲਾਂ ਫਾਰਮ ਭਰਨੇ رہ ਚੁੱਕੇ ਸੀਗੇ ਨਹੀਂ ਭਰੇਗੇ ਕਿਸੇ ਕਾਰਨ ਵਸ਼ ਸੋ ਹੁਣ ਦੁਬਾਰੇ ਆਪਣਾ ਵਧੀਆ ਉਹਨਾਂ ਕੋਲ ਮੌਕਾ ਆ ਚੁੱਕਿਆਗਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜਿਨ੍ਹਾਂ ਨੇ ਪਹਿਲਾਂ ਅਪਲਾਈ ਨਹੀਂ ਕੀਤਾ ਸੀਗਾ ਧਿਆਨ ਵਿੱਚ ਰੱਖਣਾ ਠੀਕ ਹੈ ਸੋ ਦੋਸਤੋ ਇਹ ਵੀਡੀਓ ਤੁਸੀਂ ਜ਼ਰੂਰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨੀ ਹੈ ਜਿਨ੍ਹਾਂ ਨੇ ਕਿ ਇਹ ਪਹਿਲਾਂ ਅਪਲਾਈ ਨਹੀਂ ਕੀਤਾ ਤਾਂ ਕਿ ਕਿਸੇ ਦਾ ਇਹਦੇ ਸਨੇ ਕੀਗਾ ਪਲਾ ਹੋ ਸਕੇ ਠੀਕ ਹੈ ਨਾ ਵੀਡੀਓ ਦੇ ਨਾਲ ਸੋ ਹੁਣ ਗੱਲ ਕਰਦੇ ਆ ਜੀ ਐਪਲੀਕੇਸ਼ਨ ਫੀਸ ਬਾਰੇ ਸਭ ਤੋਂ ਇਪੋਰਟੈਂਟ ਗੱਲ ਗੱਲ ਕਰੀ ਜਿਹੜੇ ਐਸਸੀ ਐਸਟੀ ਤੇ ਜਿਹੜੇ ਓਬੀਸੀ ਕੈਟਾਗਰੀ ਦੇ ਵਿੱਚ ਸਟੂਡੈਂਟ ਆਉਂਦੇ ਨੇ ਤਾਂ ਉਹਨਾਂ ਦੀ ਟੋਟਲ ਫੀਸ ਰਹਿਣ ਵਾਲੀ ਆ 1125 ਰੁਪਏ ਜੀ ਜਿਹੜੇ ਐਕਸ ਸਰਵਿਸਮੈਨ ਨੇਗੇ ਪੰਜਾਬ ਦੇ ਤਾਂ ਉਹਨਾਂ ਲਈ ਫੀਸ ਕੇਵਲ 500 ਰੁਪਏ ਹੈਗੇ ਆ ਜੀ ਔਰ ਜਿਹੜੇ ਕਿ ਆਲ ਕੈਟਾਗਰੀ ਜਿਹੜੇ ਰਹਿ ਗਏ ਉਸ ਤੋਂ ਬਾਅਦ ਜਿਹੜੀਆਂ ਜਨਰਲ ਹੈਗੀ ਈਡਬਲਯੂਐਸ ਰਹਿ ਗਈ ਤਾਂ ਉਹਨਾਂ ਸਭ ਲਈ ਜਿਹੜੀ ਫੀਸ ਆ ਉਹ 3000 ਰੁਪਏ ਰਹਿਣ ਵਾਲੀ ਹੈ ਜੀ ਫਿਜ਼ੀਕਲ ਹੈਂਡੀਕੈਪਡ ਦੀ ਗੱਲ ਕਰੀਏ ਜਿਹੜੇ ਪੰਜਾਬ ਦੇ ਨੇਗੇ ਤਾਂ ਉਹਨਾਂ ਲਈ ਟੋਟਲ ਫੀਸ 1750 ਰੁਪਏ ਜਿਹੜੀ ਰਹਿਣ ਵਾਲੀ ਆ ਤਾਂ ਇਹ ਫੀਸ ਵੀ ਸੋਨੇ ਧਿਆਨ ਵਿੱਚ ਰੱਖਣੀ ਹੈਗੀ ਸੋ ਦੋਸਤੋ ਏਸੀ ਆਪਣੀ ਅੱਜ ਦੀ ਵੀਡੀਓ ਅਗਰ ਤੁਹਾਨੂੰ ਇਹਦੇ ਵਿੱਚ ਕਿਤੇ ਵੀ ਕੋਈ ਡਾਊਟ ਆ ਤੁਸੀਂ ਕਮੈਂਟ ਵਿੱਚ ਆਪਣਾ ਡਾਊਟ ਦੱਸ ਸਕਦੇ ਹੋਗੇ ਠੀਕ ਹੈ ਸੋ ਅਗਰ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਜਰੂਰ ਆਪਣਾ ਸ਼ੇਅਰ ਜਰੂਰ ਕਰ ਦੇਣਾ ਠੀਕ ਹੈ ਸੋ ਓਕੇ ਜੀ ਧੰਨਵਾਦ ਟੇਕ ਕੇਅਰ